जप मन माधु माधु सुदनो माधु सुदनो जप मन माधु सुदनो जप मन माधु। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹਰ ਵਾਰ ਹਰ ਸਾਲ ਹੀ ਬੱਚਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾਂਦੇ ਨੇ। ਟੈਡੀ ਵਾਰਾਂ ਦੇ ਮੁਕਾਬਲੇ, ਕਵਿਸ਼ਰੀ ਗਾਇਨ ਦੇ ਮੁਕਾਬਲੇ, ਭਾਸ਼ਣ ਮੁਕਾਬਲੇ, ਪੇਂਟਿੰਗ ਮੁਕਾਬਲੇ, ਅੱਜ ਗੁਰਬਾਣੀ ਕੀਰਤਨ ਮੁਕਾਬਲੇ ਬੱਚਿਆਂ ਦੇ ਕਰਵਾਏ ਗਏ ਨੇ। ਅਤੇ ਇਹਨਾਂ ਸਾਰੇ ਇਸ ਕੰਪੀਟੀਸ਼ਨ ਦੇ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਹੈ। ਪਰ ਸਭ ਤੋਂ ਵੱਧ ਖੁਸ਼ੀ ਮੈਨੂੰ ਹੋਈ ਇਹਨਾਂ ਬੱਚਿਆਂ ਨੂੰ ਦੇਖ ਕੇ ਜਿਹੜੇ ਕਿ ਨੇਤਰਹੀਣ ਨੇ। ਬੀਬੀ ਭਾਨੀ ਨੇਤਰਹੀਣ ਕੰਨਿਆ ਵਿਦਿਆਲਿਆ ਸ਼ਹਾਟਾ ਅੰਮ੍ਰਿਤਸਰ ਦੇ ਵਿਦਿਆਰਥੀ ਨੇ। ਇਹਨਾਂ ਵੱਲੋਂ ਇੰਨਾ ਸੋਹਣਾ ਕੀਰਤਨ ਕੀਤਾ ਗਿਆ ਅਤੇ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਬੱਚਿਆਂ ਤੋਂ ਪ੍ਰੇਰਨਾ ਅਸੀਂ ਜ਼ਰੂਰ ਲਵਾਂਗੇ, ਤਾਂ ਹੀ ਅਸੀਂ ਇਹਨਾਂ ਨਾਲ ਗੱਲ ਕਰਨ ਲੱਗੇ ਹਾਂ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਗੁਰਬਾਣੀ ਕੀਰਤਨ ਅਸੀਂ ਅੱਖਾਂ ਵਾਲੇ ਜਿਹੜੇ ਬਿਲਕੁਲ ਸਾਫ਼ ਕਸੂਰ ਹੈਗੇ ਹਾਂ, ਸਾਡੀ ਕੋਈ ਵੀ ਸਾਡੇ ਵਿੱਚ ਨੁਕਸ ਨਹੀਂ ਆ, ਅਸੀਂ ਗੁਰਬਾਣੀ ਕੀਰਤਨ ਸਿੱਖਣ ਤੋਂ ਪਰਹੇਜ਼ ਕਰ ਲੈਂਦੇ ਹਾਂ ਅਤੇ ਬੱਚੇ ਕਿੰਨੇ ਪਿਆਰ ਦੇ ਨਾਲ ਗੁਰਬਾਣੀ ਕੀਰਤਨ ਗਾਇਨ ਕਰ ਰਹੇ ਸੀ। ਸੋ ਉਹ ਅਸੀਂ ਤੁਹਾਨੂੰ ਇਹਨਾਂ ਦਾ ਸ਼ਬਦ ਵੀ ਸੁਣਾਵਾਂਗੇ, ਨਾਲ ਨਾਲ ਇਹਨਾਂ ਦੇ ਨਾਲ ਅਸੀਂ ਗੱਲ ਵੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨੇ ਵਿਦਿਆਰਥੀ ਨੇ ਕੋਲੇ? 22 22 ਹਾਂਜੀ। ਤੇ ਫਿਰ ਇਹਨਾਂ ਦਾ ਕੀ ਉੱਥੇ ਰਹਿਣ ਸਹਿਣ ਵੀ ਉੱਥੇ ਕੀਤਾ ਜਾਂਦਾ ਜੀ? ਉੱਪਰ ਹੋਸਟਲ, ਨੀਚੇ ਕਲਾਸਿਸ ਲੱਗਦੀਆਂ ਨੇ ਜੀ। ਹਾਂਜੀ, ਲਾਇਬ੍ਰੇਰੀ ਆ, ਮਿਊਜ਼ਿਕ ਰੂਮ, ਕੰਪਿਊਟਰ ਸਭ ਸਿਖਾਇਆ ਜਾਂਦਾ ਬੱਚਿਆਂ ਨੂੰ। ਬ੍ਰੇਲ ਸਿਖਾਈ ਜਾਂਦੀ ਹੈ 8th ਤੱਕ, 9th ਤੋਂ ਬਾਅਦ ਫਿਰ ਰੀਡ ਕਰਕੇ ਮਤਲਬ ਰਿਕਾਰਡਿੰਗ ਕਰਕੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਹਾਂਜੀ, ਸਿਖਾਉਣ ਦਾ ਵੀ ਤਰੀਕਾ ਵੱਖਰਾ ਹੁੰਦਾ ਹੋਣਾ ਹੋਏਗਾ ਨਾ? ਹਾਂਜੀ, ਜਿੱਦਾਂ ਕੰਪਿਊਟਰ ਸਿਖਾਇਆ ਜਾਂਦਾ ਹੈ ਉਹ ਟਾਕਿੰਗ ਹੁੰਦੀ ਆ, ਮਤਲਬ ਜੋ ਵੀ ਆਪਾਂ ਪ੍ਰੈਸ ਕਰਾਂਗੇ ਕੀ ਉਹ ਬੋਲੇਗਾ, ਉਸ ਤਰੀਕੇ ਨਾਲ ਕੰਪਿਊਟਰ ਸਿੱਖਦੇ ਨੇ। ਹਾਂਜੀ, ਅਤੇ ਉਸ ਦੇ ਫਿਰ ਉਸ ਦੇ ਨਾਲ ਹੀ ਹਾਰਮੋਨੀਅਮ ਦੀ ਸਿਖਲਾਈ ਵੀ ਨਾਲ ਹੀ? ਹਾਂਜੀ, ਹਾਰਮੋਨੀਅਮ, ਸਤਾਰ ਸਿਖਾਈ ਜਾਂਦੀ ਹੈ। ਹਾਂਜੀ, ਵੋਕਲ ਅਤੇ ਇੰਸਟਰੂਮੈਂਟ। ਹਾਂਜੀ, ਅਤੇ ਬੱਚੇ ਇੰਟਰਸਟਡ ਨੇ ਸਾਰੇ ਲਗਭਗ ਕੀਰਤਨ ਦੇ ਵਿੱਚ ਕਿ ਵਿੱਚੋਂ ਤੁਸੀਂ ਸਿਲੈਕਟ ਕਰਦੇ ਹੋ? ਨਹੀਂ ਨਹੀਂ, ਸਾਰੇ ਨੇ। ਹਾਂਜੀ, ਗੁਰਬਾਣੀ ਦੀ ਕਲਾਸ ਵੀ ਲੱਗਦੀ ਹੈ ਲਾਇਬ੍ਰੇਰੀ 'ਚ। ਹਾਂਜੀ ਠੀਕ ਹੈ ਜੀ। ਹਾਂਜੀ, ਕੀ ਨਾਮ ਹੈ ਤੁਹਾਡਾ? ਮਨਪ੍ਰੀਤ। ਮਨਪ੍ਰੀਤ, ਅੱਜ ਤੁਸੀਂ ਇੱਥੇ ਗੁਰਬਾਣੀ ਕੀਰਤਨ ਕੀਤਾ ਹੈ ਨਾ, ਬਹੁਤ ਵਧੀਆ ਲੱਗਿਆ, ਤੁਹਾਨੂੰ ਕਿੱਦਾਂ ਲੱਗਿਆ ਮੰਜੀ ਸਾਹਿਬ ਹਾਜ਼ਰੀ ਭਰ ਕੇ? ਮੈਮ ਬਹੁਤ ਵਧੀਆ। ਹਾਂਜੀ, ਕਿਹੜਾ ਸ਼ਬਦ ਗਾਇਆ ਸੀ ਤੁਸੀਂ? ਜਪ ਮਨ ਮਾਧੋ। ਇੱਕ ਲਾਈਨ ਸੁਣਾ ਦਿਓ ਇੱਥੇ ਸਾਨੂੰ। ਜਪ ਮਨ ਮਾਧੋ ਮਾਧਸੂਦਨੋ, ਜਪ ਮਨ ਮਾਧੋ ਮਾਧਸੂਦਨੋ, ਹਰ ਸ੍ਰੀ ਰੰਗੋ ਪਰਮੇਸ਼ਰੋ ਸਤ ਪਰੇ
ਬਿਸਰੋ ਪ੍ਰਭ ਅੰਤਰ ਜਾਮੀ ਜਪ ਮਨ ਮਾਧੋ ਮਾਧੇ ਸੁਦਨੋ। ਤੁਹਾਡਾ ਕੀ ਨਾਮ ਆ? ਕੀ ਨਾਮ? ਸਾਨੀਆ। ਸਾਨੀਆ, ਸਾਨੀਆ ਗੁਰਬਾਣੀ ਕੀਰਤਨ ਕਰਦੇ ਹੋ, ਕਿੱਦਾਂ ਲੱਗਦਾ? ਬਹੁਤ ਵਧੀਆ ਲੱਗਦਾ ਮੈਮ। ਤੇ ਜਦੋਂ ਕੰਪੀਟੀਸ਼ਨ 'ਚ ਆਉਣਾ ਹੋਵੇ ਫਿਰ ਥੋੜ੍ਹਾ ਜਿਹਾ ਹੁੰਦਾ ਹੈ ਨਾ ਵੀ ਸਾਡਾ ਵਧੀਆ ਹੋ ਜਾਏ, ਕਿੱਦਾਂ ਲੱਗਿਆ ਅੱਜ? ਵਧੀਆ ਹੋ ਗਿਆ? ਹਾਂਜੀ ਸਾਨੂੰ, ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਨੂੰ ਹਰਿਮੰਦਰ ਸਾਹਿਬ ਆਉਣ ਦਾ ਮੌਕਾ ਮਿਲਿਆ ਹੈ। ਨਾਲ ਅਸੀਂ ਕੀਰਤਨ ਕੀਤਾ। ਹਾਂਜੀ ਕੀਰਤਨ ਕੀਤਾ, ਸਾਨੂੰ ਕੀਰਤਨ ਕਰਕੇ ਬਹੁਤ ਵਧੀਆ ਲੱਗਿਆ ਹੈ। ਗੁਰਬਾਣੀ ਕੀਰਤਨ ਕਰਕੇ ਬਹੁਤ ਵਧੀਆ ਲੱਗਦਾ। ਤੁਸੀਂ ਮੇਨ ਹੋ ਨਾ ਇਸ ਜਥੇ ਦੇ? ਹਾਂਜੀ, ਮੈਨੂੰ ਗੁਰਬਾਣੀ ਕੀਰਤਨ ਕਰਕੇ ਬਹੁਤ ਵਧੀਆ ਲੱਗਿਆ। ਤੁਸੀਂ ਨਾਲ ਨਾਲ ਤਬਲੇ ਦੀ ਸੇਵਾ ਕਰਦੇ ਹੋ ਹੈ ਨਾ, ਅਤੇ ਜਦੋਂ ਬੱਚੇ ਤਿਆਰੀ ਕਰਦੇ ਨੇ ਜਾਂ ਇੱਦਾਂ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਬਹੁਤ ਵਧੀਆ ਸਿੱਖ ਲੈਂਦੇ ਨੇ? ਇਹ ਨਹੀਂ ਜੀ, ਵਧੀਆ ਕਰ ਲੈਂਦੇ ਜੀ, ਮਤਲਬ ਬੱਚਿਆਂ ਨੂੰ ਇਹ ਪ੍ਰੈਕਟਿਸ ਕਰ ਕਰਕੇ ਹੀ ਹੈ ਜੀ। ਜਿਹੜੀ ਨਵੀਂ ਚੀਜ਼ ਉਹਦੇ ਲਿਬਾਸ 'ਤੇ ਥੋੜ੍ਹੀਆਂ ਪ੍ਰੋਬਲਮਸ ਹੀ ਆਉਂਦੀਆਂ ਹੀ ਆ, ਪਰ ਜਦੋਂ ਉਹ ਪ੍ਰੈਕਟਿਸ ਹੋ ਜਾਂਦੀ ਉਦੋਂ ਫਿਰ ਵਧੀਆ ਹੋਣਾ ਸ਼ੁਰੂ ਹੋ ਜਾਂਦਾ ਜੀ। ਜਿਉਂ ਜਿਉਂ ਪ੍ਰੈਕਟਿਸ ਕਰੀ ਜਾਂਦੇ ਫਿਰ ਵਧੀਆ ਹੋ ਜਾਂਦਾ ਜੀ, ਕਿਉਂਕਿ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਮੇਰਾ ਨਾਮ ਸਰਬਜੀਤ ਸਿੰਘ ਹੈ ਜੀ, ਅਤੇ ਮੈਂ ਵੈਸੇ ਗੌਰਮੈਂਟ ਟੀਚਰ ਹਾਂ ਜੀ, ਰਾਗੀ ਸਿੰਘ ਵੀ ਹਾਂ ਅਤੇ ਇਸ ਦਾ ਮੈਂਬਰ ਵੀ ਹਾਂ ਜੀ, ਅਤੇ ਐਜ਼ ਏ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇੱਥੇ ਮੈਂ ਆਪਣੀਆਂ ਸੇਵਾਵਾਂ ਦੇ ਰਿਹਾ ਜੀ। ਹਾਂਜੀ, ਮੇਰਾ ਨਾਮ ਵੀਰਪਾਲ ਕੌਰ ਹੈ ਜੀ, ਮੈਂ ਇੱਥੇ ਬੱਚਿਆਂ ਦੀ ਸੇਵਾ ਕਰਦੀ ਹਾਂ ਜੋ ਵਿਦਿਆਲੇ ਦੇ ਵਿੱਚ। ਇਹਨਾਂ ਬੱਚਿਆਂ ਨੂੰ ਜੋ ਵੀ ਸਮਝ ਨਹੀਂ ਲੱਗਦਾ ਉਹਨਾਂ ਨੂੰ ਮੈਂ ਦੱਸਦੀ ਹਾਂ, ਗਾਈਡ ਕਰਦੀ ਹਾਂ ਹਰੇਕ ਚੀਜ਼ ਬਾਰੇ ਵੀ ਇਸ ਤਰ੍ਹਾਂ ਕਰਨਾ ਮੈਂ। ਇਹਦੇ ਨਾਲ ਗੱਲ ਕਰਨ ਦਾ ਸਾਡਾ ਇੱਕੋ ਮਕਸਦ ਸੀ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿੱਖਣ ਵੱਲ ਜ਼ਰੂਰ ਪ੍ਰੇਰਿਤ ਕਰੀਏ। ਬੱਚੇ ਕਿੰਨਾ ਪਿਆਰਾ ਕੀਰਤਨ ਕਰ ਰਹੇ ਸੀ, ਹੋਰ ਵੀ ਇੱਥੇ ਬੜੇ ਵਧੀਆ ਜਥੇ ਬੱਚਿਆਂ ਨੇ ਜਥਿਆਂ ਦੇ ਰੂਪ ਵਿੱਚ ਕੀਰਤਨ ਕੀਤਾ। ਸੋ ਅਸੀਂ ਆਸ ਕਰਦੇ ਹਾਂ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਕੀਰਤਨ ਨਾਲ ਜੋੜੀਏ, ਜਿਹਦੇ ਨਾਲ ਸਾਡਾ ਵੀ ਉਧਾਰ ਹੋਵੇ, ਸਾਡੇ ਬੱਚਿਆਂ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।